ଆଜି ମଧ୍ୟାହ୍ନରେ ପଞ୍ଜାବର ମୁଖ୍ୟମନ୍ତ୍ରୀ ଭାବେ ଶପଥ ନେଇଛନ୍ତି ଭଗବନ୍ତ ମାନ। ସେ ପଞ୍ଜାବର 25ତମ ମୁଖ୍ୟମନ୍ତ୍ରୀ ଭାବେ ଶପଥ ଗ୍ରହଣ କରିଛନ୍ତି। ହୋସିଆରପୁର ଜିଲ୍ଲାର ଶହୀଦ ଏ ଆଜମ ଭଗବନ୍ତ ସିଂଙ୍କ ଗାଁ ଖଟକରଲାଲରେ ଶପଥ ଗ୍ରହଣ ସମାରୋହ ଅନୁଷ୍ଠିତ ହୋଇଛି। ଆଜି କେବଳ ମନ ହିଁ ମୁଖ୍ୟମନ୍ତ୍ରୀ ଭାବେ ଶପଥ ନେଇଛନ୍ତି। ପରେ ତାଙ୍କ କ୍ୟାବିନେଟ୍ର ଅନ୍ୟ ମନ୍ତ୍ରୀମାନେ ଶପଥ ନେବେ ବୋଲି ସୂଚନା ଦିଆଯାଇଛି। ଏହି ଉତ୍ସବରେ ରାଜ୍ୟର କୌଣସି ଭିଭିଆଇପି ସାମିଲ ହୋଇନଥିଲେ। ତେବେ ଦିଲ୍ଲୀ ମୁଖ୍ୟମନ୍ତ୍ରୀ ତଥା ଏଏପି ମୁଖ୍ୟ ଅରବିନ୍ଦ କେଜରିୱାଲ ଏହି ଉତ୍ସବରେ ସାମିଲ ହୋଇଥିଲେ। ଭଗବତ ମାନ ତାଙ୍କ ଶପଥ ଗ୍ରହଣ ପାଇଁ ଡ୍ରେସ୍ କୋଡ୍ ହଳଦିଆ ରଙ୍ଗର ଥିଲା। ଏଥିରେ ପୁରୁଷମାନେ ହଳଦିଆ ପଗଡ଼ି ପିନ୍ଧିଥିବା ବେଳେ ମହିଳାମାନେ ହଳଦିଆ ଶାଢ଼ୀ ପିନ୍ଧିଥିବାର ନଜର ଆସିଛି। କେବଳ ସେତିକି ନୁହେଁ, ସ୍ଥାନଟିର ପେଣ୍ଡାଲକୁ ମଧ୍ୟ ହଳଦିଆ ରଙ୍ଗରେ ସଜାଯାଇଛି। ਅੱਜ ਇਸ ਪਵਿੱਤਰ ਸਥਾਨ ਦੇ ਉੱਤੇ ਪੰਜਾਬ ਦੇ ਕੋਨੇ ਕੋਨੇ 'ਚੋਂ ਭਗਤ ਸਿੰਘ ਹੋਰਾਂ ਦੇ ਜੱਦੀ ਪਿੰਡ ਉਹਨਾਂ ਦੇ ਦਰਸ਼ਨ ਕਰਨ ਆਏ ਹੋ ਔਰ ਸਹੁੰ ਚੁੱਕ ਸਮਾਗਮ ਦੇ ਵਿੱਚ ਤੁਸੀਂ ਸ਼ਾਮਿਲ ਹੋਏ ਹੋ। ਮੈਂ ਤੁਹਾਡਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦਾ। ਮੇਰੇ ਖੱਬੇ ਪਾਸੇ ਦਿੱਲੀ ਦੀ ਕੈਬਨਿਟ ਬੈਠੀ ਹੈ, ਮੁੱਖ ਮੰਤਰੀ ਸਾਹਿਬ, ਡਿਪਟੀ ਮੁੱਖ ਮੰਤਰੀ ਸਾਹਿਬ, ਸਾਡੇ ਸਾਰੇ ਮੰਤਰੀ ਸਾਹਿਬਾਨ, ਅਤੇ ਮੇਰੇ ਸੱਜੇ ਪਾਸੇ ਉਹ 91 ਬੈਠੇ ਨੇ ਜਿਨ੍ਹਾਂ ਨੇ ਬਹੁਤ ਵੱਡੀਆਂ ਜਿੱਤਾਂ ਪ੍ਰਾਪਤ ਕੀਤੀਆਂ। ਇੱਕ ਵਾਰੀ ਤਾੜੀਆਂ ਨਾਲ ਸਵਾਗਤ ਕੀਤਾ ਜਾਵੇ। ਵੀਰੋ, ਇੱਥੇ ਆਉਣ ਦੀ ਇੱਕ ਖਾਸ ਵਜ੍ਹਾ ਹੈ। ਪਹਿਲਾਂ ਸਹੁੰ ਚੁੱਕ ਸਮਾਗਮ ਮਹਿਲਾਂ 'ਚ, ਕ੍ਰਿਕਟ ਸਟੇਡੀਅਮਾਂ 'ਚ ਜਾਂ ਰਾਜ ਭਵਨਾਂ 'ਚ ਹੁੰਦੇ ਸੀ। ਹੁਣ ਇਹ ਸਹੁੰ ਚੁੱਕ ਸਮਾਗਮ ਸ਼ਹੀਦਾਂ ਦੇ ਪਿੰਡਾਂ 'ਚ ਆਏ ਨੇ, ਕਿਉਂਕਿ ਜਿਨ੍ਹਾਂ ਨੇ ਆਪਾਂ ਨੂੰ ਮੁਲਕ ਲੈ ਕੇ ਦਿੱਤਾ ਹੈ ਉਹਨਾਂ ਨੂੰ ਯਾਦ ਤਾਂ ਕਰੀਏ। ਇਕੱਲਾ 23 ਮਾਰਚ ਜਾਂ 28 ਸਤੰਬਰ ਨੂੰ ਥੋੜ੍ਹੀ ਯਾਦ ਕਰਨਾ, ਉਹ ਤਾਂ ਸਾਡੇ ਦਿਲ 'ਚ ਵੱਸਦੇ ਆ ਭਗਤ ਸਿੰਘ ਹੋਰੀ ਤਾਂ। ਮੱਥਾ ਟੇਕ ਕੇ ਸਕੂਨ ਮਿਲਿਆ ਮੇਰੇ ਲਈ। ਖਟਕੜ ਕਲਾਂ ਕੋਈ ਨਵਾਂ ਨਹੀਂ, ਮੈਂ ਬਹੁਤ ਵਾਰ ਇੱਥੇ ਆਉਂਦਾ ਰਹਿੰਦਾ। ਭਗਤ ਸਿੰਘ ਹੋਰਾਂ ਨੇ ਸੁਪਨੇ ਲਏ ਸੀ ਜਿਹੜੀ ਆਜ਼ਾਦੀ ਦੇ, ਉਹ ਆਜ਼ਾਦੀ ਆਮ ਘਰਾਂ ਤੱਕ ਪਹੁੰਚਾਉਣ ਦੀ ਲੜਾਈ ਆਮ ਆਦਮੀ ਪਾਰਟੀ ਲੜ ਰਹੀ ਹੈ। ਤੁਸੀਂ ਸਾਥ ਦਿੱਤਾ, ਕਈ ਜਨਮ ਲੈਣੇ ਪੈਣਗੇ ਤੁਹਾਡੇ ਇਸ ਪਿਆਰ ਦਾ ਕਰਜ਼ਾ ਉਤਾਰਨ ਲਈ। ਬਿਊਰੋ ਰਿਪੋਰਟ, ਸਕਲ ਖਬਰ।